ਸਾਰਿਆਂ ਨੂੰ ਮੇਰੀ ਨਮਸਕਾਰ ਸਤਿ ਸ੍ਰੀ ਅਕਾਲ ਅਸਲਾਮ ਵਾਲੇਕੁਮ ਵੀਰੋ ਆਪਣੇ ਚੁੱਲ੍ਹਿਆਂ ਦੀ ਅੱਗ ਬੁਝਾਤੀ ਇਹਨਾਂ ਲੀਡਰਾਂ ਨੇ ਭਾਵੇਂ ਵਪਾਰੀ ਦਾ ਚੁੱਲ੍ਹਾ ਹੋ ਭਾਵੇਂ ਦੁਕਾਨਦਾਰ ਦਾ ਭਾਵੇਂ ਰੇਹੜੀ ਵਾਲੇ ਦਾ ਭਾਵੇਂ ਟਰੱਕ ਯੂਨੀਅਨ ਵਾਲਿਆਂ ਦਾ ਭਾਵੇਂ ਆ ਜਿਹੜੇ ਖੇਤੀ ਵਾਲਿਆਂ ਦਾ ਕਾਂਠੇ ਪਾਤੇ ਕਰਜ਼ੇ ਚੜ੍ਹ ਗਏ ਫਾਹੇ ਲਈ ਜਾਂਦੇ ਹਾਂ ਸਪਰੀਆਂ ਪੀ ਜਾਂਦੇ ਹਾਂ ਸਾਡੇ ਧੀਆਂ ਪੁੱਤ ਡਿਗਰੀਆਂ ਲੈ ਕੇ ਘਰੇ ਮੁੜੇ ਕੰਮ ਨਹੀਂ ਹੈਗਾ ਕੋਈ ਵਿਹਲੇ ਫਿਰਦੇ ਆ ਮਾਂ ਪਿਓ ਇਹੀ ਦੇਖਦੇ ਰਹਿੰਦੇ ਆ ਮੁੰਡਾ ਕਿੱਧਰ ਨੂੰ ਗਿਆ ਕਿਤੇ ਗਲਤ ਸੰਗਤ ਚ ਨਾ ਪੈ ਜਾਵੇ ਵੀਰੋ ਵਿਹਲੇ ਮਨ ਭਟਕ ਸਕਦੇ ਨੇ ਭਟਕ ਵੀ ਰਹੇ ਨੇ ਵੀਰੋ ਇਹ ਇਹ ਐਸ਼ਾ ਕਰਦੇ ਫਿਰਦੇ ਆ ਇਹ ਹੈਲੀਕਾਪਟਰਾਂ ਚ ਫਿਰਦੇ ਆ ਇਹ ਮਨਾਉਂਦੇ ਆਪਦੇ ਜਨਮ ਦਿਨ ਮਨਾਲੀ ਜਾ ਕੇ ਅਸੀਂ ਇੱਥੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਨਹੀਂ ਕਰਾ ਸਕਦੇ ਪ੍ਰਾਈਵੇਟ ਇਲਾਜ ਕਰਾਵਾਂਗੇ ਜਿਹੜੀ ਦੋ ਚਾਰ ਕਿੱਲੇ ਹੈਗੀ ਉਹ ਵੀ ਵਿਕਜੂ ਸਾਡੇ ਬਾਪੂ ਕਹਿੰਦੇ ਨੇ ਸਾਡੇ 'ਤੇ ਨਾ ਪੈਸਾ ਲਾਓ ਪੁੱਤ ਤੁਸੀਂ ਆਪਦੀ ਜ਼ਮੀਨ ਸੰਭਾਲ ਲਓ ਸਾਨੂੰ ਤਾਂ ਪੰਜੇ 'ਤੇ ਪਾ ਲਓ ਜਦੋਂ ਆਖਰੀ ਸਾਹ ਆ ਗਿਆ ਉੱਥੇ ਸਾਨੂੰ ਚੱਕ ਕੇ ਸੇਵਿਆਂ ਦੇ ਵਿੱਚ ਫੂਕ ਗਏ ਹੋ ਇਹ ਇਹ ਆਪਦੀ ਸਿਰ ਦੁੱਖਣੇ ਦੀ ਗੋਲੀ ਵੀ ਕੋਈ ਦੇਖੀ 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 ਅਮਰੀਕਾ ਤੋਂ ਮੰਗਾਉਂਦੇ ਆ ਕੀ ਗੱਲ ਵੀ ਸਾਥੋਂ ਕੀ ਗਨਾਹ ਹੋ ਗਿਆ ਸਾਥੋਂ ਕੀ ਗਨਾਹ ਹੋ ਗਿਆ ਹਾਂ ਸਾਥੋਂ ਗਨਾਹ ਹੋ ਗਿਆ ਬਹੁਤ ਵੱਡਾ ਅਸੀਂ ਵਾਰ ਵਾਰ ਤੁਹਾਨੂੰ ਵੋਟਾਂ ਪਾਉਂਦੇ ਰਹੇ ਹੁਣ ਇਹ ਗਨਾਹ ਅਸੀਂ ਨਹੀਂ ਕਰਦੇ ਹੁਣ ਅਸੀਂ ਆਪਦੇ ਧੀਆਂ ਪੁੱਤਾਂ ਨੂੰ ਜਿਤਾਵਾਂਗੇ ਆਹ ਅਮਨ ਅਰੋੜਾ ਖੜਾ ਇਹ ਬਾਊ ਜੀ ਭਗਵਾਨ ਦਾਸ ਅਰੋੜਾ ਦਾ ਇਮਾਨਦਾਰੀ ਦੀ ਦੀਨੇ ਦੀ ਜੋਤ ਹੈ ਇਹ ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਆਊਗੀ ਹੁੰਦੀ ਹੋਊਗੀ ਕਿ ਮੇਰਾ ਪੁੱਤ ਮੇਰੇ ਵਾਲੀ ਜੋਤ ਨੂੰ ਅੱਗੇ ਵਧਾ ਰਹੇ ਹੈ ਮੈਂ ਅੱਜ ਬਠਿੰਡੇ ਜਾ ਕੇ ਆਇਆ ਬਠਿੰਡੇ ਦੇ ਪੰਜ ਸੱਤ ਪਿੰਡਾਂ ਜਾ ਕੇ ਆਇਆ ਖੁਸ਼ਖਬਰੀ ਲੈ ਲਓ ਬਠਿੰਡੇ ਦੇ ਵਿੱਚ ਝਾੜੂ ਜਿੱਤ ਰਿਹਾ ਹਰਸਿਮਰਤ ਕੌਰ ਦੀ ਜ਼ਮਾਨਤ ਚੱਲ ਰਹੀ ਹੈ ਗੱਲ ਨਹੀਂ ਬਾਤ ਨਹੀਂ ਬਰਬਾਦ ਕਰਕੇ ਰੱਖਤਾ ਪੰਜਾਬ ਨੂੰ ਉਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਦੀ ਚਾਂਸ ਨਹੀਂ ਹੋਣ ਦਿੰਦੇ ਜਿਹੜਾ ਅਸਰ ਇਹਨਾਂ ਦੀ ਪੈਰ ਲੰਬ ਲੈਂਦਾ ਉਹਦੀ ਬਦਲੀ ਕਰਾ ਦਿੰਦੇ ਆ ਗੁਰੂ ਸਾਹਿਬ ਆਪ ਹੀ ਸਜ਼ਾ ਦੇਣਗੇ ਜਿਹੜਾ ਸਾਡੀ ਰੱਖਿਆ ਕਰ ਸਕਦਾ ਆਪ ਦੀ ਰੱਖਿਆ ਵੀ ਕਰਨੀ ਜਾਣਦਾ ਹੈ ਉਹਦੀ ਚੱਕੀ ਚੱਲਦੀ ਥੋੜ੍ਹੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਵੀਰੋ ਪੀਂਦੀ ਬਹੁਤ ਬਰੀਕ ਹੈ ਆਹ ਚੱਕੀ ਚੱਲ ਰਹੀ ਹੈ ਹੁਣ 10 ਟਿਕਟਾਂ ਮੰਡਣ ਦਾ ਟਾਈਮ ਨਹੀਂ ਸੀ ਇਹਦੇ ਕੋਲੇ 10 ਟਿਕਟਾਂ ਨਹੀਂ ਲਈਆਂ ਲੋਕਾਂ ਨੇ ਤਿੰਨ ਤਾਂ ਬੀਜੇਪੀ ਲੜ ਰਹੀ ਹੈ ਨਾ ਸੁਖਬੀਰ ਬਾਦਲ 2 ਮਹੀਨਿਆਂ ਤੋਂ ਆਪਦੀ ਗੱਡੀ 'ਚ 10 ਟਿਕਟਾਂ ਰੱਖ ਕੇ ਸਬਜ਼ੀ ਵਾਲਿਆਂ ਵਾਂਗੂ ਪੰਜਾਬ ਦੇ ਸੜਕਾਂ 'ਤੇ ਹੋਕਾ ਦਿੱਤਾ ਫਿਰਦਾ ਸੀ ਕੋਈ ਲੋਕ ਸਭਾ ਦੀ ਗੱਲ ਕਰਦੀ ਟਿਕਟ ਲੈ ਲਓ ਜਥੇਦਾਰ ਕੁੰਡੇ ਬੰਦ ਕਰ ਲੈਂਦੇ ਸੀ ਕਿਤੇ ਉਂਗਲੀਆਂ ਸਿੱਟ ਗਿਆ ਇੱਕ ਜਥੇਦਾਰ ਦਾ ਮੈਨੂੰ ਫੋਨ ਆਇਆ ਕਹਿੰਦਾ ਮੈਂ ਤੇਰੀ ਗੱਲ ਸੁਣੀ ਸੀ ਕਹਿੰਦਾ ਮੈਂ ਤਾਂ ਜੋ ਕੁੰਡਾ ਬੰਦ ਕੀਤਾ ਥੱਲੇ ਬੇਲਡ ਸੀ ਕਹਿੰਦਾ ਮੈਂ ਤਾਂ ਉਹ ਜਿਵੇਂ ਕੱਪੜਾ ਫਸਾਰਿਆ ਕਿ ਤੱਲੋ ਦਿਨ ਆਹ ਸਜ਼ਾ ਹੀ ਮਿਲ ਰਹੀ ਹੈ ਇਹਨਾਂ ਨੂੰ ਇਹ ਸਜ਼ਾ ਹੀ ਹੈ ਸਜ਼ਾ ਹੀ ਹੈ ਹਾਂ ਸੋ ਵੀਰੋ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਬਾਦਲ ਕੀ ਤੱਕੜੀ ਨੂੰ ਵੋਟਾਂ ਪਾਈ ਗਏ ਹੋਏ ਇਹਨਾਂ ਨੇ ਕੀ ਸਿਰਾ ਦਿੱਤਾ ਉਸੇ ਨਾਨਕ ਦੀ ਬਾਣੀ ਨੂੰ ਗਲੀਆਂ 'ਚ ਰੋਲਤਾ ਰੂੜੀਆਂ 'ਤੇ ਰੋਲਤਾ ਤੁਹਾਡੇ ਪੁੱਤ ਪੋਤੇ ਤੁਹਾਨੂੰ ਦੁੱਖ ਦਿਖਾਉਣਗੇ ਪਾਰਲੀਮੈਂਟ ਵਾਲੀ ਉਦੋਂ ਤੁਹਾਨੂੰ ਵੋਟ ਪਾਈ ਦਾ ਨਜ਼ਾਰਾ ਆਉਂਦਾ ਹੋਣਾ ਵੀ ਸਾਡਾ ਵਾਲਾ ਪੋਤਾ ਬਣ ਬੈਠਾ ਕਰੀ ਮੈਨੂੰ ਪਤਾ ਪ੍ਰੋਗਰਾਮ ਤਾਂ ਇੱਥੇ ਹੈ ਪਰ ਐਂ ਪੜ੍ਹਾਉਣ ਦੀ ਲਿਆਉਂਦੇ ਅਕਾਲੀਆਂ ਦੇ ਘਰਾਂ ਦੇ ਮੂਹ ਦੀ ਇਹਨਾਂ ਨੇ ਵੀ ਤਾਂ ਪੜ੍ਹਾ ਸੋਣੀ ਕੱਢਣੀ ਅਕਾਲੀਆਂ ਨੇ ਬੇਅਦਬੀ ਕੀਤੀ ਕਾਂਗਰਸੀਆਂ ਨੇ ਵਾਅਦੇ ਖਿਲਾਫੀ ਕੀਤੀ ਇਹਨਾਂ ਦੋਨਾਂ ਨੂੰ ਵੋਟਾਂ ਨਾ ਪਾਇਓ ਵੀਰੋ ਇਹ ਦੋਨੇ ਆਪਾਂ ਨੂੰ ਖਾ ਗਏ ਨੋਟ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਮੈਂ ਕਿਹਾ ਮੋਦੀ ਸਾਹਿਬ
मोदी मैं तो बहुत चलता है क्योंकि मैं कहना घट पंगे वाले हर भी बच्चे दिन मैं पूछा मोदी जी बताइए छह दिन का आने वाले हैं मजदूर दुकानदार व्यापारी रेहड़ी वाला अमीर तो नहीं कोई खड़ा सी ना लाइना च 160 बंदे मर गए भाई जी लाइना च खड़े किसी का हार्ट अटैक हो किसी ने सुसाइड कर लिया मेरी बेटी के ब्याह वास्ते पैसे नहीं मिले वीर मैं मोदी को क्या मोदी जी ਲੋਕਾਂ ਨੂੰ ਲੈਣਾ ਚ ਖੜਾ ਤਾ ਨੋਟਬੰਦੀ ਕਰਕੇ ਹੁਣ ਲੋਕ ਮਈ ਚ ਲੈਣਾ ਚ ਖੜ ਕੇ ਤੁਹਾਡੀ ਵੋਟ ਬੰਦੀ ਕਰਨਗੇ ਵੋਟਾਂ ਨਾ ਪਾਇਓ ਤੁਹਾਡੇ ਵਰਗੇ ਆ ਅਸੀਂ ਫਿਰਦੇ ਹਾਂ ਮੋਟਰਸਾਈਕਲ ਤੇ ਆ ਗਏ ਆ ਕਿੱਥੇ ਆ ਹੈ ਜੇ ਮਿਲੇ ਹੋਣੇ ਮੈਨੂੰ ਇਹ ਕਮਾਂਡੋ ਵਾਲੇ ਨੇ ਮੈਂ ਈਡੀਜੀ ਦੀ ਸਿਕਿਉਰਿਟੀ ਨੂੰ ਕਿਹਾ ਜੀ ਮੈਨੂੰ ਤਾਂ ਚਾਹੀਦੇ ਨਹੀਂ ਕਹਿੰਦੇ ਨਹੀਂ ਦੇਣੇ ਪੈਣੇ ਆ ਮੈਂ ਕਿਹਾ ਮੈਨੂੰ ਤਾਂ ਲੋੜ ਹੀ ਨਹੀਂ ਸਰਕਾਰ ਵਾਲੀ ਉਹ 80 ਤੋਂ ਉੱਤੇ ਜਾਂਦੀ ਨਹੀਂ ਮੇਰੇ ਵਾਲੀ ਗੱਡੀ 120 ਤੋਂ ਥੱਲੇ ਨਹੀਂ ਜਾਂਦੀ ਮੈਂ ਕਹਾਂ ਲੱਗ ਰਹੀ ਨਾ ਇਹ ਬਾਅਦ 'ਚ ਪੁੱਛ ਪੁੱਛ ਕੇ ਆਉਂਗੇ ਲੋਕ ਅੱਧਾ ਘੰਟਾ ਲੇਟ ਬਾਈ ਇੱਧਰ ਮਾਤਮਾ ਪੈ ਲੱਗਿਆ ਮੇਰਾ ਤਾਂ 12 ਜਣੇ ਨੇ ਮੇਰਾ ਤਾਂ ਇਹ ਵੀ ਦਿਲ ਕੀਤਾ ਮੈਂ ਸਰਪੰਚ ਨੂੰ ਕਹਿ ਕੇ ਇਹਨਾਂ ਦੀਆਂ 147 ਜਿਹੜੀਆਂ ਨੇ ਉਹ ਜਮ੍ਹਾਂ ਕਰਾ ਕੇ ਇਹਨਾਂ ਨੂੰ ਤੰਗੀਆਂ ਦੇ ਕੇ ਲੋਕਾਂ ਦੀ ਤੂੜੀ ਕਰਵਾ ਲਈ ਯਾਰ ਇਹ ਕਹਿੰਦੇ ਮੇਰੇ ਢਿੱਡ ਠੀਕ ਹੋ ਜਾਣਗੇ ਸਭੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਪਣਾ ਚੋਣ ਨਿਸ਼ਾਨ ਵੀ ਇੰਨਾ ਵਧੀਆ ਹੈ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਮਾਵਾਂ ਭੈਣਾਂ ਦਾ ਬਸ ਜਮਾ ਹੀ ਲੋੜ ਨਹੀਂ ਇਹਦਾ ਤੜਕੇ ਤੜਕੇ ਨੇਰੇ ਚ ਬਾਹਰ ਲੈਣੀ ਹੈ ਕਿੱਥੇ ਜੇ ਪਿਆ ਤੁਸੀਂ ਬਾਰੇ ਕੁਛ ਨਾ ਹੋ ਜੇ ਲੋੜ ਪਵੇ ਇਹ ਹੈ ਜੇ ਵੇਲੇ ਦੀ ਬਾਹਰ ਲੈਣੀ ਹੈ ਕਿੱਥੇ ਜੇ ਪਿਆ ਘਰ ਦਾ ਸਫਾਈ ਹੋਈ ਹੈ ਜੇ ਵੇਲੇ ਦੀ ਤੋ 9:58 ਹੋ ਗਏ 10 ਵਜੇ ਤੋਂ ਪਹਿਲਾਂ ਆਪਾਂ ਖਤਮ ਕਰਨਾ ਹੈ ਸੋ ਇੱਕ ਵਾਰੀ ਦੋਨੇ ਹੱਥ ਚੱਕ ਕੇ ਨਾਰੇ ਲਾਓ ਇੱਧਰ ਬਰਨਾਲੇ ਪਹੁੰਚਣਗੇ ਤਾਂ ਜ਼ਰੂਰ ਦੋਨੇ ਏਸੀ 'ਚ ਬੈਠੇ ਹੋਣੇ ਧੁੰਦਰੀ ਜੀ ਆਵੇ ਇਹਨਾਂ ਨੂੰ ਖੜੀ ਨਹੀਂ ਹੁੰਦੀ ਸਨਾਮ ਤੋਂ ਧੰਨਵਾਦ ਤੀਜੇ ਨੰਬਰ ਵਾਲਾ ਚੀਕਾਂ ਕਰਾਓ ਇਹਨਾਂ ਦੀਆਂ